ਦੁਨੀਆ ਦੇ ਚਾਹੇ ਕਿਸੇ ਵੀ ਕੋਨੇ ਦੇ ਵਿੱਚ ਬਾਜਵਾ ਬਰਾਦਰੀ ਦਾ ਜੀ ਬੈਠਾ ਹੈ ਅਤੇ ਉਸਦਾ ਤਾਲਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੈਂਦੇ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਪਸਰੂਰ ਨਾਲ ਜ਼ਰੂਰ ਹੋਵੇਗਾ। ਅੱਜ ਅਸੀਂ ਸਰਦਾਰ ਗੁਰਮੁਖ ਸਿੰਘ ਬਾਜਵਾ ਦੇ ਆਖੇ ਅਤੇ ਉਹਨਾਂ ਦੇ ਲਹਿੰਦੇ ਪੰਜਾਬ ਵਾਲੇ ਪਿੰਡ ਮੁੰਡੇ ਕੀ ਬੇਰੀਆਂ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਉੱਥੇ ਅਪੜੇ ਹੋਏ ਹਾਂ ਅਤੇ ਆਓ ਰਲ ਮਿਲ ਵੇਖੀਏ ਸਿਆਲਕੋਟ ਦਾ ਇਹ ਪਿੰਡ ਅਤੇ ਇੱਥੋਂ ਦੀਆਂ ਗਲੀਆਂ ਜਿੱਥੇ ਕਿਸੇ ਦੌਰ ਦੇ ਵਿੱਚ ਸਰਦਾਰ ਵਿਰਸਾ ਸਿੰਘ ਆਪਣੇ ਸੰਗੀਆਂ ਦੇ ਨਾਲ ਖੇਡਿਆ ਕਰਦਾ ਸੀ। ਸਿਆਲਕੋਟ ਦੇ ਪਿੰਡ ਕਿਸੇ ਅੰਗਰੇਜ਼ੀ ਨਕਸ਼ੇ ਦੇ ਤਹਿਤ ਤੇ ਆਬਾਦ ਹੋਏ ਨਹੀਂ, 100 ਸਾਲ ਪੁਰਾਣੇ ਇਹ ਪਿੰਡ, ਤੰਗ ਗਲੀਆਂ ਅਤੇ ਉੱਚੇ ਮਕਾਨ, ਇਹ ਚੀਜ਼ ਤੁਹਾਨੂੰ ਸਿਆਲਕੋਟ ਦਿਆਂ ਪਿੰਡਾਂ 'ਚ ਆਮ ਮਿਲੇਗੀ। 1947 ਦੀਆਂ ਵੰਡਾਂ ਤੋਂ ਪਹਿਲਾਂ ਮੁੰਡੇ ਕੀ ਬੇਰੀਆਂ ਦੇ ਵਿੱਚ 45 ਪਾਣੀ ਵਾਲੇ ਖੂਹ ਸੀ, ਜਿਨ੍ਹਾਂ ਦੇ ਵਿੱਚ 4 ਮੁਸਲਮਾਨਾਂ ਕੋਲ ਸੀ ਅਤੇ ਬਾਕੀ ਦੇ 41 ਸਿੱਖਾਂ ਕੋਲ। ਉਦੋਂ ਪਿੰਡ ਮੁੰਡੇ ਕੀ ਬੇਰੀਆਂ ਦੇ ਵਿੱਚ ਸਿੱਖਾਂ ਦੇ 2 ਗੁਰਦੁਆਰੇ ਸੀ। ਪਿੰਡ ਦੀ ਲੰਬੜਦਾਰੀ ਸਰਦਾਰ ਬੂਟਾ ਸਿੰਘ, ਈਛਰ ਸਿੰਘ ਬਾਗਵਾਲਾ ਅਤੇ ਜੱਗੂ ਸਿੰਘ ਸੰਭਾਲਦੇ ਸੀ। ਪਿੰਡ ਦੇ ਬਾਬਿਆਂ ਦਾ ਸੁਭਾਅ ਮੁੰਡਿਆਂ ਵਰਗਾ ਹੈ ਅਤੇ ਪਿੰਡ ਦੇ ਵਿੱਚ ਬੇਰੀਆਂ ਦੇ ਬੂਟੇ ਬਹੁਤ ਸੀ, ਇਸ ਕਰਕੇ ਪਿੰਡ ਨੂੰ ਮੁੰਡੇ ਕੀ ਬੇਰੀਆਂ ਆਖਿਆ ਜਾਂਦਾ ਹੈ। ਆਖਦੇ ਨੇ ਕਿ ਇੱਥੇ ਬੇਰੀਆਂ ਦੇ ਦਰਖਤ ਇੰਨੇ ਕੁ ਸੀ ਕਿ 5-5 ਮੀਲ ਬਾਅਦ ਜਾ ਕੇ ਗਲੈਰੀਆਂ ਦਰਖਤਾਂ ਤੋਂ ਥੱਲੇ ਉਤਰਦੀਆਂ ਸੀ। ਇਹਦੀ ਸਿੱਖ ਦੌਰ ਦੀ ਪੁਰਾਣੀ ਥਾਂ ਹੈ ਜਿੱਥੇ ਪਹਿਲਾਂ ਪੰਚਾਇਤ ਹੁੰਦੀ ਸੀ ਜਾਂ ਇਕੱਠੇ ਰਲ ਮਿਲ ਕੇ ਬਹਿੰਦੇ ਸੀ, ਪਿੰਡ ਦੇ ਫੈਸਲੇ ਕਰਦੇ। ਪਿੰਡ ਮੁੰਡੇ ਕੀ ਬੇਰੀਆਂ ਨੂੰ ਮੇਨ 2 ਰਾਹ ਲੱਗਦੇ ਨੇ, ਇੱਕ ਸਿਆਲਕੋਟ ਤੋਂ ਪਸਰੂਰ ਰੋਡ ਅਤੇ ਦੂਜਾ ਜ਼ਫਰਵਾਲ ਚਵਿੰਡਾ ਬਡਿਆਣਾ ਰੋਡ, ਅਤੇ ਚਵਿੰਡਾ ਰੇਲਵੇ ਸਟੇਸ਼ਨ ਵੀ ਪਿੰਡ ਨੂੰ ਲੱਗਦਾ ਹੈ। ਮੁੰਡੇ ਕੀ ਬੇਰੀਆਂ ਦੇ ਗਵਾਂਢੀ ਪਿੰਡਾਂ ਦੀ ਗੱਲ ਕਰੀਏ ਤਾਂ ਇਸ ਦੇ ਗਵਾਂਢ ਦੇ ਵਿੱਚ ਪਿੰਡ ਸੋਦਰੇ ਕੀ, ਨੰਗਲ, ਬਾਜਵਾ, ਕੁਰਪਾ, ਬੁੱਟ, ਡੋਗਰਾਂ, ਪੂਰਬ ਪਿੰਡ ਜੱਸੂ ਰਾਵਾਂ, ਲੰਗੇ, ਮੰਜਕੇ, ਬਾਗੜੀਆਂ, ਪੀਲੋਕੇ, ਇਹ ਪਿੰਡ ਆਉਂਦੇ ਨੇ। ਇਹ ਸਰਦਾਰ ਗੁਰਮੁਖ ਸਿੰਘ ਦਾ ਡੇਰਾ ਅਤੇ ਉਹਨਾਂ ਦੇ ਖੂਹ ਵਾਲੀ ਥਾਂ ਹੈ। ਪਿੰਡ ਮੁੰਡੇ ਕੀ ਬਾਜਵਾ ਦਾ ਕੁੱਲ ਜ਼ਰਈ ਰਕਬਾ 1800 ਏਕੜ ਹੈ। ਇਸ ਪਿੰਡ ਦੇ ਵਿੱਚ 10 ਮਸਜਿਦਾਂ, 2 ਸਰਕਾਰੀ ਸਕੂਲ, 1 ਚਰਚ ਅਤੇ 1 ਸਰਕਾਰੀ ਹਸਪਤਾਲ ਵੀ ਹੈ। ਪਿੰਡ ਮੁੰਡੇ ਕੀ ਬੇਰੀਆਂ ਦੇ ਵਿੱਚ ਬੈਠੀਆਂ ਬਰਾਦਰੀਆਂ ਦੀ ਗੱਲ ਕਰੀਏ ਤਾਂ ਸਾਰਿਆਂ ਨਾਲ ਜ਼ਿਆਦਾ ਬਾਜਵਾ ਜੱਟ, ਜਿਹੜੇ ਕਿ ਇੱਥੋਂ ਦੇ ਲੋਕਲ ਨੇ। ਇੱਥੋਂ ਦੇ ਸਾਰੇ ਸਿੱਖ ਵੀ ਬਾਜਵੇ ਹੀ ਸੀ ਅਤੇ ਸਿੱਖਾਂ ਦੇ ਇੱਥੋਂ ਜਾਣ ਤੋਂ ਬਾਅਦ ਇੱਥੇ ਅਵਾਨ, ਮਲਕ, ਰਿਆਸਤ ਜੰਮੂ ਕਸ਼ਮੀਰ ਤੋਂ ਆਏ, ਰਾਜਪੂਤ, ਮਲਾਹ, ਗੁਰਦਾਸਪੁਰੀਏ, ਮਲਕ, ਤੇਲੀ, ਗੁਰਦਾਸਪੁਰੀਏ, ਚਮੜੰਗ ਲੋਕਲ ਨੇ, ਗੁੱਜਰ ਰਿਆਸਤ ਜੰਮੂ ਤੋਂ ਨੇ ਅਤੇ ਇਹਨਾਂ ਤੋਂ ਇਲਾਵਾ ਮਸੀਹ ਬਰਾਦਰੀ ਦੇ ਘਰ ਵੀ ਇਸ ਪਿੰਡ ਦੇ ਵਿੱਚ ਬੈਠੇ ਹੋਏ ਨੇ। ਪਿੰਡ ਦੇ ਵਿੱਚ ਵੱਖੋ ਵੱਖ ਬਰਾਦਰੀਆਂ ਨੇ ਪਰ ਫਿਰ ਵੀ ਪਿੰਡ 'ਚ ਅਮਨ ਨੇ, ਲੋਕ ਆਪਸ 'ਚ ਮੁਹੱਬਤ ਨਾਲ ਰਹਿੰਦੇ ਨੇ। ਮਾਲਕ ਅੱਗੇ ਇਹ ਦੁਆ ਹੈ ਕਿ ਇਸ ਪਿਆਰ ਮੁਹੱਬਤ ਨੂੰ ਕਾਇਮ ਰੱਖੇ ਅਤੇ ਪਿੰਡ ਨੂੰ ਤਰੱਕੀਆਂ ਬਖਸ਼ੇ। ਪਿੰਡ ਦੇ ਵਿੱਚ ਹਾਜ਼ਰ 4 ਲੰਬੜਦਾਰੀਆਂ ਨੇ। 47 ਤੋਂ ਪਹਿਲਾਂ 3 ਸਿੱਖਾਂ ਕੋਲ ਸੀ ਅਤੇ 1 ਰਹਿਮਤ ਸਾਹਿਬ ਕੋਲ ਸੀ। 47 ਦੀਆਂ ਵੰਡਾਂ ਤੋਂ ਬਾਅਦ 2 ਲੰਬੜਦਾਰੀਆਂ ਮਲਕ ਬਰਾਦਰੀ ਦੇ ਕੋਲ, ਰਫੀਕ ਅਤੇ ਮਲਕ ਸਦੀਕ, 1 ਲੰਬੜਦਾਰੀ ਦਾ ਨਿਜ਼ਾਮ ਰਫੀਕ ਬਹਾਦਰ ਮਲਾ ਅਤੇ ਜੱਟਾਂ ਵਾਲੀ ਲੰਬੜਦਾਰੀ ਦਾ ਨਿਜ਼ਾਮ ਮੁਰਤਜ਼ਾ ਜੱਟ ਨੰਬਰਦਾਰ ਸਾਹਿਬ ਸੰਭਾਲਦੇ ਨੇ।
ਪਿੰਡ ਦੀਆਂ ਚੰਦ ਮਸ਼ਹੂਰ ਸਿਆਸੀ, ਸਮਾਜੀ ਤੇ ਸਰਕਾਰੀ ਸ਼ਖਸੀਅਤ ਦੀ ਗੱਲ ਕਰੀਏ ਤੇ ਮੁਹੰਮਦ ਸਈਦ ਬਾਜਵਾ ਸਾਹਿਬ, ਅਸਿਸਟੈਂਟ ਡਾਇਰੈਕਟਰ ਫੂਡ ਮੁਜ਼ੱਫਰ ਅਵਾਨ ਸਾਹਿਬ ਦੀ ਬੇਟੀ, ਮਾਸਟਰ ਫਤਿਹਦੀਨ ਸਾਹਿਬ ਪਿੰਡ ਦੇ ਪੁਰਾਣੇ ਉਸਤਾਦ ਨੇ, ਅਸਲਮ ਸਾਹਿਬ ਦੀ ਬੇਟੀ ਹੈੱਡ ਮਿਸਟਰਸ ਏ, ਅਮਾਨਤ ਅਲੀ ਬਾਜਵਾ ਇੰਟਰਨੈਸ਼ਨਲ ਕਬੱਡੀ ਪਲੇਅਰ, ਮੁਹੰਮਦ ਖਾਂ ਬਾਜਵਾ ਚੇਅਰਮੈਨ, ਚੇਅਰਮੈਨ ਨਾਦਰ ਖਾਂ, ਅਬਦੁਲ ਗਨੀ ਅਵਾਨ ਚੇਅਰਮੈਨ, ਰਾਣਾ ਆਸਫ ਚੇਅਰਮੈਨ, ਮੌਲਾਨਾ ਸਾਦਕ ਸਾਹਿਬ ਤੇ ਕਾਰੀ ਨਸੀਰ ਸਾਹਿਬ ਪਿੰਡ ਦੇ ਪੁਰਾਣੇ ਮੌਲਵੀ ਨੇ, ਜਿਨ੍ਹਾਂ ਕੋਲ ਜ਼ਿਆਦਾ ਪਿੰਡ ਵਾਲਿਆਂ ਨੇ ਨਾਜ਼ਰਾ ਪੜਿਆ। ਹੁਣ ਮੈਂ ਤੁਹਾਨੂੰ ਲੈ ਚੱਲਦਾ ਪਿੰਡ ਮੁੰਡੇ ਕੀ ਬੇਰੀਆਂ ਦਾ ਸਭ ਨਾਲੋਂ ਉੱਚਾ ਹਾਤਾ, ਜਿਹੜਾ 47 ਤੋਂ ਪਹਿਲਾਂ 3 ਮੰਜ਼ਲਾ ਸੀ। ਇਹੋ ਜਿਹੀ ਹਾਤਾ ਸਰਦਾਰ ਬੂਟਾ ਸਿੰਘ ਲੰਬੜਦਾਰ ਦਾ ਹਾਤਾ, ਉਦੋਂ ਇਹ 2 ਮੰਜ਼ਲਾ ਸੀ ਅਤੇ ਸਾਰੇ ਪਿੰਡ ਨਾਲੋਂ ਉੱਚਾ ਇਹ ਹਾਤਾ ਸੀ ਉਸ ਦੌਰ ਦਾ, 47 ਤੋਂ ਪਹਿਲਾਂ ਦਾ। ਹੁਣ ਇਹ ਹਾਤਾ ਪਿੰਡਾਂ ਨੀਵਿਆਂ ਘਰਾਂ ਦੇ ਵਿੱਚੋਂ ਇੱਕ, ਪਰ 47 ਦੀਆਂ ਵੰਡਾਂ ਤੋਂ ਪਹਿਲਾਂ ਇਹ ਹਾਤਾ ਆਸੇ ਪਾਸੇ ਦੇ ਦੂਰ ਦੂਰ ਪਿੰਡਾਂ ਤੋਂ ਵੀ ਨਜ਼ਰ ਆਉਂਦਾ ਸੀ। ਇਸ ਹਾਤੇ ਦੇ ਵਿੱਚ ਅੰਗਰੇਜ਼ ਸਰਦਾਰ ਬੂਟਾ ਸਿੰਘ ਨਾਲ ਮੁਲਾਕਾਤ ਵਾਸਤੇ ਆਉਂਦੇ ਸੀ। ਉਹ ਇਸ ਪਿੰਡ ਦਾ ਵੱਡਾ ਜ਼ਿਮੀਦਾਰ ਸੀ ਅਤੇ ਇਸ ਹਾਤੇ ਦੇ ਨਾਲ ਹੀ ਪਟਵਾਰਖਾਨਾ ਸੀ ਜਿੱਥੇ ਪਟਵਾਰੀ ਬੈਠਿਆ ਕਰਦੇ ਸੀ। ਪਿੰਡ ਮੁੰਡੇ ਕੀ ਬੇਰੀਆਂ ਦੇ ਲੋਕ ਪੜ੍ਹੇ ਲਿਖੇ ਨੇ, ਖਾਸ ਤੌਰ 'ਤੇ ਇੱਥੋਂ ਦੀਆਂ ਕੁੜੀਆਂ ਪੜ੍ਹੀਆਂ ਲਿਖੀਆਂ ਨੇ। ਤੁਹਾਡੀ ਇਸ ਪਿੰਡ ਬਾਰੇ ਕੀ ਰਾਏ ਆ ਕਮੈਂਟਾਂ 'ਚ ਦੱਸਿਓ, ਵੀਡੀਓ ਨੂੰ ਸ਼ੇਅਰ ਕਰਿਓ ਅਤੇ ਪੰਜਾਬ ਦੇ ਪਿੰਡ ਵੇਖਣ ਵਾਸਤੇ ਸਾਡੇ ਚੈਨਲ ਨੂੰ ਫਾਲੋ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਆਖਰ 'ਤੇ ਮੈਂ ਧੰਨਵਾਦ ਕਰਦਾ ਸਰਦਾਰ ਗੁਰਮੁਖ ਸਿੰਘ ਦਾ, ਜਿਹਨੇ ਆਪਣੇ ਵੱਡਿਆਂ ਦੀ ਮੁਹੱਬਤ, ਆਪਣੇ ਪਿੰਡ ਨਾਲ ਮੁਹੱਬਤ ਹਲੇ ਵੀ ਦਿਲ 'ਚ ਰੱਖੀ ਹੋਈ ਹੈ, ਅਤੇ ਬਹੁਤ ਸ਼ੁਕਰੀਆ ਭਾਈ ਅਫਜ਼ਲ ਬਾਜਵਾ ਸਾਹਿਬ ਦਾ, ਜਿਹਨਾਂ ਸਾਨੂੰ ਪਿੰਡ ਵਿਖਾਇਆ, ਐਡੀ ਮੁਹੱਬਤ ਦਿੱਤੀ। ਮੁੰਡੇ ਕੀ ਬੇਰੀਆਂ ਦੀ ਸਭ ਤੋਂ ਖੂਬਸੂਰਤ ਗੱਲ ਇਹ ਵੇ ਕਿ ਇੱਥੇ ਅਮਨ ਚੈਨ ਅਤੇ ਸਕੂਨ ਹੈ। ਇਸ ਪਿੰਡ ਦੀ ਇੱਕ ਹੀ ਕ੍ਰਿਕਟ ਟੀਮ ਹੈ, ਇੱਕ ਹੀ ਵਾਲੀਬਾਲ ਟੀਮ ਹੈ, ਇੱਕ ਹੀ ਫੁੱਟਬਾਲ ਦੀ ਟੀਮ ਹੈ। ਅਲਹਮਦੁਲਿਲਾ ਇਸ ਪਿੰਡ 'ਚ ਕੋਈ ਝਗੜਾ, ਲੜਾਈ ਝਗੜੇ ਮਾਮੂਲੀ ਸ਼ਮੂਲੀ ਹੋਣ ਤਾਂ ਮੈਂ ਕਿਸੇ ਵੀ ਮੁਕੱਦਮੇ ਨੂੰ ਤੋੜ ਚੜ੍ਹਦਿਆਂ ਨਹੀਂ ਵੇਖਿਆ। ਫਰਜ਼ ਕਰੋ ਕਿਸੇ ਦਾ ਹੋ ਵੀ ਜਾਂਦਾ ਨਾ ਅਤੇ ਬੰਦੇ ਪੈ ਕੇ ਸੁਲਾ ਕਰਾ ਹੜਦੇ।